ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਡੀਡੀ ਅਕੈਡਮੀ ਭਿੱਖੀ ਤੋਂ। ਜਿਸ ਤਰ੍ਹਾਂ ਅਸੀਂ ਪੂਰਨ ਤੌਰ ਉੱਤੇ ਤੁਹਾਡੇ ਨਾਲ ਪੀ ਐੱਸ ਟੈਟ, ਜੋ ਕਿ ਸਾਰਿਆਂ ਵਾਸਤੇ ਸਪੈਸ਼ਲਾਈਜ਼ ਫੋਰ ਟੀਚਰ ਲਾਈਨ, ਜਿਹੜੇ ਅਧਿਆਪਕ ਯੋਗਤਾ ਟੈਸਟ ਨਾਲ ਸੰਬੰਧਿਤ ਹੈ, ਜਿਹਦੇ ਵਿੱਚ ਪੈਡਾਗੋਜੀ ਪੰਜਾਬੀ ਅਤੇ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਬਹੁ ਚੋਣਵੀ ਪ੍ਰਸ਼ਨਾਵਲੀ ਜਿਹੜੀ ਹੈ ਤੁਹਾਡੇ ਲਈ ਯੂਟਿਊਬ ਦੇ ਰਾਹੀਂ ਪੇਸ਼ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਨਿਵੇਕਲੇ ਪ੍ਰਸ਼ਨ ਜਿਹੜੇ ਆ ਤੁਹਾਡੇ ਰੂਬਰੂ ਰੱਖ ਰਹੇ ਹਾਂ, ਤਾਂ ਕਿ ਵਿਦਿਆਰਥੀ ਜਿਹੜੇ ਇਸਦਾ ਲਾਹਾ ਲੈ ਸਕਣ। ਇਸੇ ਆਧਾਰ 'ਤੇ, ਇਸੇ ਮਕਸਦ ਦੇ ਨਾਲ ਪੂਰਨ ਤੌਰ ਉੱਤੇ ਸਾਰੇ ਵਿਦਿਆਰਥੀਆਂ ਲਈ ਸਾਂਝੇ ਪੱਧਰ ਉੱਤੇ ਇਹ ਤਿਆਰੀ ਜਿਹੜੀ ਆ ਡੀ ਡੀ ਅਕੈਡਮੀ ਜਿਹੜਾ ਹੈ ਪੂਰਨ ਤੌਰ ਉੱਤੇ ਸਾਰੇ ਵਿਦਿਆਰਥੀਆਂ ਨੂੰ ਸਾਂਝੇ ਤੌਰ ਉੱਤੇ ਦੇ ਰਿਹਾ। ਤਾਂ ਸਾਰੇ ਵਿਦਿਆਰਥੀ ਜਿਹੜੇ ਆ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਅਪ ਜ਼ਰੂਰ ਕਰਨ, ਬੈੱਲ ਆਈਕਨ ਦਬਾਉਣਾ ਨਾ ਭੁੱਲਣ, ਤਾਂ ਕਿ ਆਉਣ ਵਾਲੇ ਨੋਟੀਫਿਕੇਸ਼ਨ ਦੀ ਜਾਣਕਾਰੀ ਵੀ ਤੁਹਾਨੂੰ ਪ੍ਰਾਪਤ ਹੋ ਸਕੇ। ਅੱਜ ਕਲਾਸ 7 ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੈਡਾਗੋਜੀ ਬਾਰੇ। ਪਹਿਲਾ ਕੁਐਸਚਨ ਹੈ ਜੀ, ਸਿੱਖਣ ਦੇ ਖੇਤਰ ਵਿੱਚ ਕਿਸ ਦਾ ਸਥਾਨ ਸਭ ਤੋਂ ਵੱਧ ਮਹੱਤਵਪੂਰਨ ਹੈ? ਸਿੱਖਣ ਦੇ ਖੇਤਰ ਵਿੱਚ ਕਿਸ ਦਾ ਸਥਾਨ ਸਭ ਤੋਂ ਵੱਧ ਮਹੱਤਵਪੂਰਨ ਹੈ? ਉਹ ਹੈ ਜੀ ਸਿੱਖਣ ਦੇ ਸਥਾਨ ਪਰਿਵਰਤਨ ਦਾ। ਸਿੱਖਣ ਦੇ ਸਥਾਨ ਪਰਿਵਰਤਨ ਦਾ ਸਭ ਤੋਂ ਮਹੱਤਵਪੂਰਨ ਰੋਲ ਹੁੰਦਾ ਹੈ, ਕਿਉਂਕਿ ਸਿੱਖਣ ਦੇ ਨਾਲ ਪਰਿਵਰਤਨ ਆਉਣਾ ਤਾਂ ਲਾਜ਼ਮੀ ਹੀ ਹੈ। ਕੁਐਸਚਨ ਨੰਬਰ 2, ਸਿੱਖਣ ਦੁਆਰਾ ਵਿਦਿਆਰਥੀ ਕੀ ਪ੍ਰਾਪਤ ਕਰਦਾ ਹੈ? ਚਾਰਾਂ ਵਿਕਲਪਾਂ 'ਚੋਂ ਸਹੀ ਵਿਕਲਪ ਕੀ ਹੋਏਗਾ? ਸਿੱਖਣ ਨਾਲ ਵਿਦਿਆਰਥੀ ਉਪਰੋਕਤ ਸਾਰੇ ਗਿਆਨ ਵੀ ਪ੍ਰਾਪਤ ਕਰਦਾ, ਕੌਸ਼ਲ ਸਕਿੱਲਸ ਵੀ ਅਤੇ ਮਨੋਬਿਰਤੀਆਂ ਵਿੱਚ ਵੀ ਉਸਦੇ ਵਾਧਾ ਹੁੰਦਾ। ਕੁਐਸਚਨ ਨੰਬਰ 3, ਬੋਲਚਾਲ ਦੀ ਸਿੱਖਿਆ ਦੇ ਸਿਧਾਂਤ ਵਿੱਚ ਕਿਹੜਾ ਸ਼ਾਮਿਲ ਨਹੀਂ ਹੈ? ਕਿਹੜਾ ਸ਼ਾਮਿਲ ਹੈ? ਸੋਰੀ ਫੋਰ ਦੈਟ, ਬੋਲਚਾਲ ਦੀ ਸਿੱਖਿਆ ਦੇ ਸਿਧਾਂਤ ਵਿੱਚ ਕਿਹੜਾ ਸ਼ਾਮਿਲ ਹੈ? ਤਾਂ ਇਸਦਾ ਸਹੀ ਵਿਕਲਪ ਹੈ ਉਪਰੋਕਤ ਸਾਰੇ, ਅਭਿਆਸ ਵੱਲ ਵੱਧ ਤੋਂ ਵੱਧ ਮੌਕੇ, ਆਤਮ ਚੇਤਨਾ ਦਾ ਸਿਧਾਂਤ, ਖੁਸ਼ੀ ਅਤੇ ਸੁਤੰਤਰਤਾ ਵਾਲਾ ਵਾਤਾਵਰਣ, ਤਿੰਨੋਂ ਹੀ ਬੋਲਚਾਲ ਦੇ ਸਿੱਖਿਆ ਦੇ ਸਿਧਾਂਤ ਲਈ ਸ਼ਾਮਿਲ ਹਨ। ਕੁਐਸਚਨ ਨੰਬਰ 4, ਹੇਠ ਲਿਖਿਆਂ ਵਿੱਚੋਂ ਵਿਆਕਰਨ ਦੇ ਤੌਰ 'ਤੇ ਕਿਹੜਾ ਸ਼ਾਮਿਲ ਹੈ? ਵਿਆਕਰਨਕ ਤੌਰ 'ਤੇ ਕਿਹੜਾ ਸ਼ਾਮਿਲ ਹੈ? ਇਸਦਾ ਸਹੀ ਵਿਕਲਪ ਆ ਊੜਾ ਅਤੇ ਐੜਾ, ਦੋਵੇਂ ਸਿਧਾਂਤਕ ਵਿਆਕਰਨ ਅਤੇ ਵਿਹਾਰਕ ਵਿਆਕਰਨ। ਕੁਐਸਚਨ ਨੰਬਰ 5 ਹੈ ਜੀ, ਬੱਚਿਆਂ ਦੇ ਉਚਿਤ ਮੁਲਾਂਕਣ ਲਈ ਕਿਸ ਦੀ ਵਰਤੋਂ ਹੋਣੀ ਚਾਹੀਦੀ ਹੈ? ਬੱਚਿਆਂ ਦੇ ਉਚਿਤ ਮੁਲਾਂਕਣ ਲਈ ਬੱਚਿਆਂ ਦੀ ਮਨੋਵਿਗਿਆਨਿਕ ਵਿਧੀਆਂ ਦੀ ਵਰਤੋਂ ਹੋਣੀ ਚਾਹੀਦੀ ਹੈ, ਬੱਚੇ ਦੀ ਸਾਈਕੋਲੋਜੀ ਤੌਰ 'ਤੇ। ਕੁਐਸਚਨ ਨੰਬਰ 6, ਬਿਨਾਂ ਬੋਲੇ ਪੜ੍ਹੇ ਜਾਣ ਨੂੰ ਕੀ ਕਿਹਾ ਜਾਂਦਾ ਹੈ? ਬਿਨਾਂ ਬੋਲੇ ਪੜ੍ਹੇ ਜਾਣ ਨੂੰ ਕੀ ਕਿਹਾ ਜਾਂਦਾ ਹੈ? ਤਾਂ ਇਸਦਾ ਸਹੀ ਵਿਕਲਪ ਹੈ ਮੌਨ ਵਾਚ। ਉਸ ਅਭਿਆਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਜਿਸ ਵਿੱਚ ਸੁਣਨ ਅਤੇ ਬੋਲਣ ਦੋਵੇਂ ਕੌਸ਼ਲਾਂ ਦਾ ਵੀ ਵਿਕਾਸ ਹੁੰਦਾ ਹੈ? ਉਸ ਅਭਿਆਸ ਦੇ ਕਿਰਿਆ ਨੂੰ ਕਿਹਾ ਜਾਂਦਾ ਹੈ ਵਾਦ ਵਿਵਾਦ, ਡਿਬੇਟ। ਕੁਐਸਚਨ ਨੰਬਰ 8, ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਦੁਆਰਾ ਸੰਭਵ ਹੈ? ਸੁਲੇਖ ਦੀ ਜਾਂਚ ਕਿਹੜੀ ਭਾਸ਼ਾ ਪ੍ਰੀਖਿਆ ਦੁਆਰਾ ਸੰਭਵ ਹੈ? ਲਿਖਣ ਕੌਸ਼ਲ, ਲਿਖਣ ਕੌਸ਼ਲ ਦੇ ਰਾਹੀਂ ਸੁਲੇਖ ਦੀ ਜਾਂਚ ਜਿਹੜੀ ਹੈ ਕੀਤੀ ਜਾ ਸਕਦੀ ਹੈ। ਕੁਐਸਚਨ ਨੰਬਰ 9, ਮੱਧ ਬੁੱਧੀ ਵਾਲੇ ਬੱਚਿਆਂ ਨੂੰ ਪਾਠ ਕਿਹੜੀ ਵਿਧੀ ਦੁਆਰਾ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ? ਮੱਧ ਬੁੱਧੀ ਮਤਲਬ ਘੱਟ ਬੁੱਧੀ ਵਾਲੇ ਬੱਚਿਆਂ ਨੂੰ
ਕਿਸ ਤਰ੍ਹਾਂ ਨਾਲ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ? ਇਸ ਦਾ ਸਹੀ ਵਿਕਲਪ ਹੈ ਦੇਖਣ ਸੁਣਨ ਸਾਧਨ ਰਾਹੀਂ। ਕੁਐਸਚਨ ਨੰਬਰ 10, ਦੂਰਵਰਤੀ ਸਿੱਖਿਆ ਦੇ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਇਸ ਦਾ ਸਹੀ ਵਿਕਲਪ ਹੈ ਜੀ ਆਮਣੇ ਸਾਹਮਣੇ ਦੀ ਸੰਬੰਧਤਾ। ਆਮਣੇ ਸਾਹਮਣੇ ਦੀ ਸੰਬੰਧਤਾ ਜਿਹੜੀ ਹੈ ਕਥਨ ਸਹੀ ਨਹੀਂ ਹੈ। ਅਧਿਆਪਨ ਕਿਹੜੀ ਸਥਿਤੀ ਵਿੱਚ ਕੀਤਾ ਜਾਂਦਾ ਹੈ? ਅਧਿਆਪਨ ਕਿਹੜੀ ਸਥਿਤੀ ਵਿੱਚ ਕੀਤਾ ਜਾਂਦਾ ਹੈ? ਇਸਦਾ ਸਹੀ ਵਿਕਲਪ ਹੈ ਜੀ ਰਸਮੀ ਸਥਿਤੀ, ਪ੍ਰੈਜੈਂਟ ਤੌਰ 'ਤੇ, ਗੈਰ ਰਸਮੀ ਇਨਪ੍ਰੈਜੈਂਟ ਤੌਰ 'ਤੇ, ਰਸਮੀ ਅਤੇ ਗੈਰ ਰਸਮੀ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਕੁਐਸਚਨ ਨੰਬਰ 12, ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਤੱਤ ਕਿਹੜਾ ਹੈ? ਅਧਿਆਪਨ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਤੱਤ ਕਿਹੜਾ ਹੈ? ਤਾਂ ਉਹ ਹੈ ਜੀ ਵਿਦਿਆਰਥੀ, ਕਿਉਂਕਿ ਅਧਿਆਪਨ ਤਿੰਨਾਂ ਦੇ ਵਿੱਚ ਹੁੰਦਾ, ਅਧਿਆਪਕ, ਵਿਦਿਆਰਥੀ ਤੇ ਵਿਸ਼ਾ ਵਸਤੂ। ਇਹ ਤਿੰਨ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ। ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਸੰਪੂਰਨ ਹੁੰਦੇ ਹਨ? ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਹੜੇ ਕੌਸ਼ਲ ਦੁਆਰਾ ਸੰਪੂਰਨ ਹੁੰਦੇ ਹਨ? ਤਾਂ ਇਸਦਾ ਸਹੀ ਵਿਕਲਪ ਹੈ ਜੀ ਮੌਖਿਕ ਕੌਸ਼ਲ। ਭਾਸ਼ਾ ਦੇ ਦੋ ਮੁੱਖ ਕਿਹੜੇ ਹਨ? ਭਾਸ਼ਾ ਦੇ ਕਿਹੜੇ ਦੋ ਮੁੱਖ ਰੂਪ ਹਨ? ਤਾਂ ਇਸਦਾ ਸਹੀ ਵਿਕਲਪ ਹੈ ਲਿਖਤੀ ਤੇ ਮੌਖਿਕ। ਕੰਪਿਊਟਰ ਦੀ ਸਹਾਇਤਾ ਨਾਲ ਭਾਸ਼ਾ ਸਿੱਖਿਆ ਨਾਲ ਸੰਬੰਧਿਤ ਸਮੱਗਰੀ ਹੇਠ ਲਿਖਿਆਂ ਵਿੱਚੋਂ ਕਿਸ ਦੁਆਰਾ ਤਿਆਰ ਕੀਤੀ ਜਾ ਸਕਦੀ ਹੈ? ਕਿਸ ਦੁਆਰਾ ਇਹ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ? ਉਪਰੋਕਤ ਸਾਰੇ, ਕਿਉਂਕਿ ਕਾਰਟੂਨ, ਗ੍ਰਾਫ ਤੇ ਚਾਰਟ, ਇਹਨਾਂ ਤਿੰਨਾਂ ਦੀ ਵਰਤੋਂ ਜਿਹੜੀ ਹੈ ਭਾਸ਼ਾ ਸਿੱਖਿਆ ਦੀ ਸਮੱਗਰੀ ਵਿੱਚ ਕੀਤੀ ਜਾਂਦੀ ਹੈ। ਹੁਣ ਗੱਲ ਕਰਾਂਗੇ ਅਸੀਂ ਵਿਆਕਰਨਕ ਤੌਰ 'ਤੇ ਕੁਐਸਚਨ। ਸਭ ਤੋਂ ਪਹਿਲਾ ਕੁਐਸਚਨ ਹੈ ਆਮ ਸ਼ਬਦ ਦਾ ਹੇਠ ਲਿਖਿਆਂ ਵਿੱਚੋਂ ਵਿਰੋਧੀ ਸ਼ਬਦ ਕਿਹੜਾ ਹੈ? ਆਮ, ਤਾਂ ਇਸਦਾ ਸਹੀ ਵਿਕਲਪ ਹੈ ਜੀ ਖਾਸ। ਆਥਣ ਦਾ ਸਮਾਨ ਅਰਥ ਸ਼ਬਦ ਕਿਹੜਾ ਨਹੀਂ ਹੈ? ਆਥਣ, ਤਾਂ ਇਸਦਾ ਸਹੀ ਵਿਕਲਪ ਹੈ ਜੀ ਹਨੇਰਾ, ਕਿਉਂਕਿ ਸ਼ਾਮ, ਸਾਂਝ ਤੇ ਤਿਰਕਾਲਾ ਆਥਣ ਦੇ ਹੀ ਸਮਾਨਾਰਥਕ ਨੇ। ਮੋਰ ਭਾਰਤ ਦਾ ਕੌਮੀ ਪੰਛੀ ਹੈ, ਇਸ ਵਾਕ ਵਿੱਚ ਮੋਰ ਸ਼ਬਦ ਕਿਹੜੇ ਨਾਮ ਨਾਲ ਹੈ, ਕਿਹੜੇ ਨਾਮ ਨਾਲ ਸੰਬੰਧਿਤ ਹੈ ਮੋਰ? ਤੇ ਇਸਦਾ ਸਹੀ ਵਿਕਲਪ ਹੈ ਜੀ ਜਾਤੀਵਾਚਕ ਦੇ ਨਾਲ। ਹੈਰਾਨੀ, ਖੁਸ਼ੀ ਆਦਿ ਨੂੰ ਦਰਸਾਉਣ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਹੈਰਾਨੀ, ਖੁਸ਼ੀ ਦਰਸਾਉਣ ਲਈ ਕਿਹੜੇ ਚਿੰਨ੍ਹ ਦੀ ਵਰਤੋਂ ਹੁੰਦੀ ਹੈ? ਵਿਸਮਕ ਚਿੰਨ੍ਹ ਦੀ। ਜਿਹੜੇ ਸ਼ਬਦ ਕਿਸੇ ਵਾਕ 'ਚ ਆਏ ਸ਼ਬਦਾਂ ਨੂੰ ਦੂਜੇ ਸ਼ਬਦਾਂ ਨਾਲ ਜੋੜੇ ਉਸਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਸ਼ਬਦ ਆਏ ਦੂਜੇ ਸ਼ਬਦਾਂ ਨਾਲ ਜੋੜੇ ਉਸਨੂੰ ਸੰਬੰਧਕ ਕਿਹਾ ਜਾਂਦਾ। ਸੰਬੰਧ ਦਾ ਕੰਮ ਹੈ ਇੱਕ ਦੂਜੇ 'ਚ ਸੰਪਰਕ ਪੈਦਾ ਕਰਨਾ। ਵਿਸਮਿਕ ਦੀਆਂ ਭਾਵਾਂ ਅਨੁਸਾਰ ਕਿੰਨੀਆਂ ਕਿਸਮਾਂ ਹਨ? ਵਿਸਮਿਕ ਦੀਆਂ ਭਾਵਾਂ ਅਨੁਸਾਰ ਕਿੰਨੀਆਂ ਕਿਸਮਾਂ ਹਨ? ਤਾਂ ਇਸਦਾ ਸਹੀ ਵਿਕਲਪ ਹੈ 9, ਕਿਉਂਕਿ ਸਾਡੇ ਅੰਦਰ 9 ਸੰਚਾਰੀ ਭਾਵ ਹੁੰਦੇ ਨੇ। ਕੁਐਸਚਨ ਨੰਬਰ 7,
ਉਸਨੇ ਮੈਨੂੰ ਪਿਆਰ ਕੀਤਾ, ਮੈਂ ਉਸਨੂੰ ਕਿਤਾਬ ਦਿੱਤੀ। ਇਹ ਕਿਸ ਪ੍ਰਕਾਰ ਦਾ ਵਾਕ ਹੈ? ਉਸਨੇ ਮੈਨੂੰ ਪਿਆਰ ਕੀਤਾ, ਮੈਂ ਉਸਨੂੰ ਕਿਤਾਬ ਦਿੱਤੀ, ਤਾਂ ਇਸਦਾ ਸਹੀ ਵਿਕਲਪ ਕੀ ਹੋਏਗਾ? ਜੇ ਦੇਖਿਆ ਜਾਵੇ ਤਾਂ ਸ਼ਬਦ ਦੇ ਵਿੱਚ ਮਿਸ਼ਰਤਾ ਨੇ, ਸੰਯੁਕਤ ਵਾਕ ਦੇ ਵਿੱਚ ਕਵਾਂਗੇ, ਪਰ ਇਸ ਦੇ ਵਿੱਚ ਯੋਜਕ ਨਹੀਂ ਲੱਗਾ ਹੋਇਆ। ਪਰ ਦੋ ਵਾਕ ਜਿਹੜੇ ਆਪਸ ਦੇ ਵਿੱਚ ਉਪਵਾਕ ਨੇ ਪਰ ਯੋਜਕ ਨਹੀਂ ਲੱਗਾ ਹੋਇਆ, ਤਾਂ ਅਸੀਂ ਫਿਰ ਵੀ ਇਸ ਨੂੰ ਧਾਰਾ ਅਨੁਸਾਰ ਸੰਯੁਕਤ ਵਾਕ ਹੀ ਮੰਨਾਂਗੇ। ਕਿਤਾਬਾਂ ਕਿੱਥੋਂ ਮਿਲਦੀਆਂ ਹਨ? ਇਹ ਕਿਸ ਪ੍ਰਕਾਰ ਦਾ ਵਾਕ ਹੈ? ਕਿਤਾਬਾਂ ਕਿੱਥੋਂ ਮਿਲਦੀਆਂ ਹਨ? ਤਾਂ ਇਸਦਾ ਸਹੀ ਵਿਕਲਪ ਹੈ ਪ੍ਰਸ਼ਨਵਾਚਕ ਵਾਕ, ਕਿਉਂਕਿ ਪ੍ਰਸ਼ਨ ਕੀਤਾ ਗਿਆ, ਪੁੱਛਿਆ ਗਿਆ। ਨੀ ਕੁੜੀਏ ਤੂੰ ਕੀ ਕਹਿੰਦੀ ਹੈ? ਨੀ ਕੁੜੀਏ ਤੂੰ ਕੀ ਕਹਿੰਦੀ ਹੈ? ਇਹ ਕਿਸ ਕਿਸਮ ਦਾ ਵਾਕ ਹੈ? ਇਹ ਹੈ ਜੀ ਸੰਬੋਧਨੀ ਵਿਸਮਿਕ, ਜਿਹਦੇ ਵਿੱਚ ਨੀ, ਵੇ, ਓਏ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕੁਸ਼ਚਨ ਨੰਬਰ 10, ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ? ਸਕੂਲੋਂ ਛੁੱਟੀ ਕਦੋਂ ਹੁੰਦੀ ਹੈ? ਇਸ ਵਾਕ ਵਿੱਚ ਕਿਹੜਾ ਚਿੰਨ੍ਹ ਵਰਤਿਆ ਗਿਆ ਹੈ? ਤਾਂ ਇਸਦਾ ਸਹੀ ਵਿਕਲਪ ਹੈ ਪ੍ਰਸ਼ਨ ਚਿੰਨ੍ਹ, ਕੁਸ਼ਚਨ ਮਾਰਕ। ਬੋਲਚਾਲ ਦੀ ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਕਿਹੜੇ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ? ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਛੁੱਟ ਮਰੋੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਨਾਲ ਅਸੀਂ ਵਿੱਚ ਸ਼ਬਦ ਲਿਖਦੇ ਹਾਂ ਤਾਂ ਛੁੱਟ ਮਰੋੜੀ ਚ ਅਤੇ ਤੇ ਉੱਤੇ ਤੇ, ਇਸ ਤਰ੍ਹਾਂ ਨਾਲ ਅਸੀਂ ਸ਼ਬਦ ਜਿਹੜੇ ਨੇ ਇਹਨਾਂ ਦੀ ਵਰਤੋਂ ਕਰਦੇ ਹਾਂ। ਜਦੋਂ ਕੋਈ ਨਾ ਨੁੱਕਰ ਜਿਹੀ ਕਾਰਨ ਉਪਰੰਤ ਕੰਮ ਕਰ ਦੇਵੇ ਤਾਂ ਉਸ ਵੇਲੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ? ਜਦੋਂ ਕੋਈ ਨਾ ਨੁੱਕਰ ਜਿਹੀ ਕਰਨ ਉਪਰੰਤ ਕੰਮ ਕਰ ਦੇਵੇ ਤਾਂ ਉਸ ਵੇਲੇ ਕਿਹੜਾ ਅਖਾਣ ਵਰਤਿਆ ਜਾਂਦਾ ਹੈ? ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ, ਇਸਦਾ ਸਹੀ ਵਿਕਲਪ ਹੈ ਇਹ। ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ, ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਪਰ ਉਸਦਾ ਨੁਕਸਾਨ ਹੋਣ ਦਾ ਡਰ ਹੋਵੇ ਤਾਂ ਇਸ ਸਥਿਤੀ 'ਚ ਕਿਹੜਾ ਅਖਾਣ ਢੁੱਕਵਾਂ ਹੋਵੇਗਾ? ਇਸਦੇ ਲਈ ਢੁੱਕਵਾਂ ਅਖਾਣ ਹੈ ਜੀ ਉੱਚਾ ਲੰਮਾ ਗੱਭਰੂ, ਪੱਲੇ, ਠਿੱਕਰੀਆਂ। ਕੁਸ਼ਚਨ ਨੰਬਰ 14, ਊਠ ਦੇ ਮੂੰਹ ਵਿੱਚ ਜੀਰਾ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ? ਊਠ ਦੇ ਮੂੰਹ ਜੀਰਾ, ਤਾਂ ਇਸਦਾ ਸਹੀ ਵਿਕਲਪ ਹੈ ਜੀ ਕਿਸੇ ਬਹੁਤਾ ਖਾਣ ਵਾਲੇ ਨੂੰ ਥੋੜਾ ਢੁੱਕਵਾਂ ਹੈ ਜਾਂ ਥੋੜਾ ਦੇਣਾ। ਕੁਸ਼ਚਨ ਨੰਬਰ 15, ਅੱਡੀ ਨਾ ਲੱਗਣੀ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ? ਅੱਡੀ ਨਾ ਲੱਗਣੀ ਮੁਹਾਵਰੇ ਲਈ ਕਿਹੜਾ ਅਰਥ ਢੁੱਕਵਾਂ ਹੈ? ਇਸਦਾ ਸਹੀ ਵਿਕਲਪ ਹੈ ਜੀ ਬਹੁਤ ਖੁਸ਼ ਹੋਣਾ। ਤਾਂ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਰੂਬਰੂ ਅੱਜ ਦੀ ਇਹ ਕਲਾਸ, ਜਿਹਦੇ ਵਿੱਚ ਅੱਜ ਤੁਹਾਡੇ ਨਾਲ ਸਾਂਝੇ ਤੌਰ ਉੱਤੇ
ਪ੍ਰਸ਼ਨਾਵਲੀ ਦੇ ਜਿਹੜੇ ਪ੍ਰਸ਼ਨ ਸੀ ਉਹ ਪੂਰਨ ਤੌਰ ਉੱਤੇ ਸਾਂਝੇ ਕੀਤੇ। ਅਗਲੇ ਅਧਿਆਇ ਵਿੱਚ ਫਿਰ ਮਿਲਦੇ ਹਾਂ। ਧੰਨਵਾਦ। ਹਾਂਜੀ, ਕਲਾਸ ਕਵਰ ਹੋਈ ਤੁਹਾਡੀ, ਹੋਪਸ ਹੋਈ ਕਲਾਸਿਸ ਆ ਜਿਹੜੀਆਂ ਤੁਹਾਡੀਆਂ ਪੀ ਐੱਸ ਟੈਟ ਪ੍ਰਿਪਰੇਸ਼ਨ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਕਰ ਰਹੀਆਂ ਹੋਣਗੀਆਂ। ਇਸ ਤੋਂ ਇਲਾਵਾ ਪੀ ਐੱਸ ਟੈਟ ਦੀ ਪ੍ਰਿਪਰੇਸ਼ਨ ਨੂੰ ਇੱਕ ਵੱਡਾ ਪੁਸ਼ ਦੇਣ ਦੇ ਲਈ ਅਸੀਂ ਤੁਹਾਡੇ ਲਈ 30,000 ਪਲੱਸ ਐੱਮ ਸੀ ਕਿਊਜ਼ ਦੀ ਇੱਕ ਟੈਸਟ ਸੀਰੀਜ਼ ਲੈ ਕੇ ਆਏ ਹਾਂ, ਅਤੇ ਇਹ ਟੈਸਟ ਸੀਰੀਜ਼ ਤੁਹਾਨੂੰ ਸਿਰਫ 299 ਦੇ ਮਿਨੀਮਮ ਪ੍ਰਾਈਸ ਤੋਂ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ, ਉੱਥੋਂ ਇਸਦੀ ਸਟਾਰਟਿੰਗ ਹੈ। ਅਤੇ ਇਸ ਨੂੰ ਤੁਹਾਨੂੰ ਕੋਈ 6 ਮਹੀਨਿਆਂ ਦੇ ਲਈ ਜਾਂ ਸਾਲ ਦੇ ਲਈ ਲੈਣਾ ਕੰਪਲਸਰੀ ਨਹੀਂ ਹੈ, ਤੁਹਾਡੀ ਚੋਇਸ ਹੈ। ਅਗਰ ਤੁਸੀਂ ਮੰਥਲੀ ਬਾਏ ਕਰਨਾ ਚਾਹੁੰਦੇ ਹੋ 3 ਮੰਥ ਲਈ, 6 ਮਹੀਨਿਆਂ ਲਈ ਜਾਂ 12 ਮਹੀਨਿਆਂ ਲਈ, ਉਹ ਤੁਹਾਡੀ ਚੋਇਸ ਰਹੇਗੀ। 30,000 ਪਲੱਸ ਐੱਮ ਸੀ ਕਿਊ ਅਸੀਂ ਵੱਖੋ ਵੱਖਰੇ ਸਰੋਤਾਂ ਤੋਂ ਇਹਦੇ ਵਿੱਚ ਕੰਬਾਈਨ ਕੀਤੇ, ਅਤੇ ਟੈਸਟ ਸੀਰੀਜ਼ ਇੰਨੀ ਕੁ ਜ਼ਿਆਦਾ ਅਸੀਂ ਬੈਟਰ ਬਣਾਈ ਹੈ ਕਿ ਅਗਰ ਤੁਸੀਂ ਪ੍ਰਿਪਰੇਸ਼ਨ ਕਰ ਵੀ ਨਹੀਂ ਪਾ ਰਹੇ ਜਾਂ ਤੁਹਾਡੀ ਪ੍ਰਿਪਰੇਸ਼ਨ ਵੀਕ ਚੱਲ ਰਹੀ ਹੈ, ਤੁਸੀਂ ਟੈਸਟ ਸੀਰੀਜ਼ ਨੂੰ ਵਾਰ ਵਾਰ ਰਿਪੀਟ ਕਰ ਲੈਂਦੇ ਹੋ ਤਾਂ ਤੁਹਾਡਾ ਪੀ ਐੱਸ ਟੈਟ ਕਾਫੀ ਹੱਦ ਤੱਕ ਉਹਦੇ ਕਲੀਅਰ ਹੋਣ ਦੇ ਚਾਂਸਸ ਬਣੇ ਰਹਿਣਗੇ। ਇਹ ਟੈਸਟ ਸੀਰੀਜ਼ ਤੁਹਾਨੂੰ ਮਿਲੇਗੀ ਜੀ DD ਅਕੈਡਮੀ ਭੀਖੀ ਐਪ ਦੇ ਉੱਪਰ, ਅਤੇ ਇਹ ਐਪ ਤੁਹਾਨੂੰ ਪਲੇ ਸਟੋਰ ਐਂਡ ਐਪ ਸਟੋਰ ਦੋਨਾਂ ਦੇ ਉੱਪਰ ਅਵੇਲੇਬਲ ਮਿਲੇਗੀ।